ਸਸਿਕਾ ਜੀ ਸਾਰੇ ਜਾਣਿਆਂ ਨੂੰ ਬੜੇ ਖੁੱਲੀ ਵਾਲੇ ਦਿਨ ਸ਼ੁਰੂ ਹੀ ਹੋਇਆ ਤੇ ਲਾਈਵ ਹੋ ਗਿਆ ਬਹੁਤ ਜ਼ਿਆਦਾ ਉਮੀਦ ਵੇਟ ਕਰ ਰਿਹਾ ਸੀਗਾ ਬੇਸਬਰੀ ਨਾਲ ਇਸ ਦਿਨ ਦੀ ਤੇ ਬਹੁਤ ਐਕਸਾਈਟਡ ਹਾਂ ਤੁਹਾਡੇ ਨਾਲ ਇਹ ਖਬਰ ਸ਼ੇਅਰ ਕਰਦੇ ਹੋਏ ਕਿ ਅੱਜ ਰੌਕੀ ਮੈਂਟਲ ਦਾ ਸ਼ੂਟ ਸ਼ੁਰੂ ਹੋ ਗਿਆ ਜੀ ਤੇ ਮੈਨੂੰ ਬਹੁਤ ਮੈਸੇਜ ਆ ਰਹੇ ਸੀਗੇ ਮੇਰੇ ਜਿੰਨੇ ਵੀਰ ਭਰਾ ਸੱਜਣ ਮਿੱਤਰ ਬੇਲੀ ਫੈਨਸ ਸਪੋਰਟਰਸ ਸਾਰਿਆਂ ਦੇ ਬਹੁਤ ਕੁਐਸਚਨ ਸੀਗੇ ਕਿ ਵੀਰੇ ਮੂਵੀ ਕਦੋਂ ਸ਼ੁਰੂ ਹੋਊਗੀ ਮੂਵੀ ਕਦੋਂ ਸ਼ੁਰੂ ਹੋਊਗੀ ਤੇ ਉਮੀਦ ਕਰਦਾ ਤੁਸੀਂ ਇਹ ਗਾਣੇ ਤਾਂ ਸਾਡੇ ਸ਼ੇਅਰ ਕਰਦੇ ਹੋ ਫੋਟੋਆਂ ਸ਼ੇਅਰ ਕਰਦੇ ਹੋ ਇਹ ਲਾਈਵ ਵੀ ਜ਼ਰੂਰ ਸ਼ੇਅਰ ਕਰਿਓ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ 2 ਮਹੀਨੇ ਪਹਿਲਾਂ ਮੇਰਾ ਐਕਸੀਡੈਂਟ ਹੋ ਗਿਆ ਸੀਗਾ ਤੇ ਮੇਰੇ ਐਕਸੀਡੈਂਟ ਹੋਣ ਕਰਕੇ ਜਿਹੜੀ ਸਭ ਤੋਂ ਵੱਡੀ ਪ੍ਰੋਬਲਮ ਆਈ ਸੀ ਉਹ ਇਹ ਸੀ ਕਿ ਮੇਰੀ ਬੈਕ ਵਿੱਚ ਸੱਟ ਵੱਜ ਗਈ ਸੀ ਬੈਕ 'ਤੇ ਸੱਟ ਵੱਜ ਗਈ ਪਲੱਸ ਮੇਰੇ ਮੱਥੇ 'ਤੇ ਟਾਂਕੇ ਸੀ ਆਹ ਦੇਖੋ ਇਸ ਥਾਂ 'ਤੇ ਆਹ ਸਟਿਚਿਸ ਹੋਣ ਕਰਕੇ ਕੰਨ 'ਤੇ ਸਟਿਚਿਸ ਹੋਣ ਕਰਕੇ ਫੇਸ 'ਤੇ ਸੱਟਾਂ ਹੋਣ ਕਰਕੇ ਮੂਵੀ ਦਾ ਸ਼ੂਟ ਪੋਸਟਪੋਨ ਕਰਨਾ ਪਿਆ ਸੀ ਜਿਹਦੇ ਕਰਕੇ ਅਸੀਂ ਮਾਰਚ ਦੇ ਵਿੱਚ ਪਹਿਲਾਂ ਸੋਚਿਆ ਸੀ ਮੂਵੀ ਮਾਰਚ ਵਿੱਚ ਰਿਲੀਜ਼ ਹੋਊਗੀ ਪਰ ਹੁਣ ਅਸੀਂ ਫੈਬਰਵਰੀ ਸ਼ੂਟ ਕਰ ਰਹੇ ਹਾਂ ਕਿਉਂਕਿ ਇਹ ਸਪਤੰਬਰ ਦੇ ਵਿੱਚ ਅਸੀਂ ਪਲਾਨ ਕੀਤਾ ਸੀ ਸ਼ੂਟ ਬੜੇ ਲੋਕਾਂ ਨੇ ਸਵਾਲ ਕੀਤੇ ਕਿ ਵੀਰੇ ਤੁਹਾਡਾ ਕਦੋਂ ਆਉਣਾ ਫਿਲਮ ਕਦੋਂ ਆਊਗੀ ਆਊਗੀ ਵੀ ਕਿ ਨਹੀਂ ਆਊਗੀ ਅਤੇ ਰਿਲੀਜ਼ ਦੀ ਡੇਟ ਕੀ ਆ ਸੋ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਸੀਗਾ ਜਿੰਨੇ ਵੀ ਸੱਜਣ ਲਾਈਵ 'ਤੇ ਕਮੈਂਟ ਕਰ ਰਹੇ ਨੇ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਅਤੇ ਲੋਟ ਆਫ ਰਿਸਪੈਕਟ ਅਤੇ ਅਮਨ ਵੀਰਾ ਵੀ ਸਿਡਨੀ ਤੋਂ ਹੋ ਗਿਆ ਲਾਈਵ ਅਤੇ ਐਕਸੀਡੈਂਟ ਹੋਣ ਕਰਕੇ ਇੱਕ ਤਾਂ ਚਿਹਰੇ 'ਤੇ ਸੱਟਾਂ ਲੱਗੀਆਂ ਸੀ ਜਿਹਦੇ ਕਰਕੇ ਮੇਕਅਪ ਨਹੀਂ ਸੀ ਹੋ ਸਕਣਾ ਪਲੱਸ ਬੈਕ 'ਤੇ ਸੱਟ ਹੋਣ ਕਰਕੇ ਇੱਕ ਸੈਕਿੰਡ ਪਲੀਜ਼ ਬੈਕ 'ਤੇ ਸੱਟ ਹੋਣ ਕਰਕੇ ਮੇਰੇ ਤੋਂ ਜਿੰਮ ਨਹੀਂ ਸੀ ਜਾਇਆ ਜਾ ਰਿਹਾ ਅਤੇ ਕਿਉਂਕਿ ਬੋਕਸਰ ਦਾ ਕਰੈਕਟਰ ਆ ਤੁਹਾਨੂੰ ਜਿਵੇਂ ਦੱਸਿਆ ਸੀ ਤਾਂ ਉਹਦੇ ਵਿੱਚ ਤੁਹਾਨੂੰ ਫਿਜ਼ੀਕਲੀ ਕਾਫੀ ਐਕਸ਼ਨ ਸੀਕੁਐਂਸ ਵੀ ਸ਼ੂਟ ਕਰਨੇ ਸੀ ਹੋਰ ਵੀ ਬਹੁਤ ਚੀਜ਼ਾਂ ਕਰਨੀਆਂ ਸੀ ਤਾਂ ਮੈਂ ਫਿਜ਼ੀਕਲੀ ਇਨਕੇਪੇਬਲ ਹੋ ਗਿਆ ਸੀਗਾ ਫਿਲਮ ਸ਼ੂਟ ਕਰਨ ਲਈ ਸੋ ਤੁਹਾਡੀਆਂ ਸਾਰੀਆਂ ਦੇ ਦੁਆਵਾਂ ਨੇ ਕਾਇਮ ਕਰਤਾ ਵਾਪਸ ਫਿਰ ਤੋਂ ਜਿੰਮ ਜਾਣ ਲੱਗ ਗਿਆ ਆਈ ਹੈਵ ਟ੍ਰਾਈਡ ਮਾਈ ਬੈਸਟ ਜਿੰਨੀ ਜਲਦੀ ਵਾਪਸ ਸ਼ੇਪ ਵਿੱਚ ਆਉਣ ਲਈ ਅਤੇ ਜਿਵੇਂ ਹੀ ਸਕਾਰਸ ਥੋੜ੍ਹੇ ਜਿਹੇ ਸੈੱਟ ਹੋਏ ਅਤੇ ਅਸੀਂ ਸ਼ੁਰੂ ਕਰਤਾ ਹੀ ਕੰਮ ਆਹ ਲੈ ਚੱਕ ਮੈਂ ਆ ਗਿਆ ਸੀਰੀਅਸ ਗੱਲਾਂ ਹੁਣ ਥੋੜ੍ਹੀਆਂ ਜਿਹੀਆਂ ਆਪਾਂ ਬੰਦ ਕਰਕੇ ਥੋੜ੍ਹੀਆਂ ਜਿਹੀਆਂ ਖੁਸ਼ੀ ਵਾਲੀਆਂ ਗੱਲਾਂ ਕਰੀਏ ਕਿ ਗੁੱਡ ਲੱਕ ਬਰੋ ਕਿੰਗ ਵੀ ਚੌਹਾਨ ਕਹਿੰਦਾ ਕਿਵੇਂ ਆ ਕਿੰਗ ਅਤੇ ਜੀ ਰੌਕੀ ਮੈਂਟਲ ਦਾ ਅੱਜ ਪਹਿਲਾ ਦਿਨ ਹੈ ਜੀ ਮੂਵੀ ਦਾ ਸ਼ੂਟ ਸਾਡਾ ਸ਼ਡਿਊਲ ਅੱਜ ਸ਼ੁਰੂ ਹੋ ਚੁੱਕਾ ਅਤੇ ਬਹੁਤ ਵੀਰਿਆਂ ਦੇ ਮੈਸੇਜ ਆ ਰਹੇ ਨੇ ਥੱਲੇ ਵਧਾਈਆਂ ਦੇ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਥੈਂਕ ਯੂ ਅਤੇ ਬਹੁਤ ਛੇਤੀ ਮੂਵੀ ਲੈ ਕੇ ਆ ਰਿਹਾ ਜੀ ਹਾਲੇ ਐਕਸਪੈਕਟਡ ਡੇਟ ਸਾਡੇ ਕੋਲ ਹੈ ਨਹੀਂ ਰਿਲੀਜ਼ ਦੀ ਅਲਟਰਨੇਟਿਵ ਡੇਟ ਕਿਉਂਕਿ ਮਾਰਚ ਵਿੱਚ ਹੁਣ ਨਹੀਂ ਹੋਊਗੀ ਬਟ ਮੋਸਟ ਲਾਈਕਲੀ ਜਲਦੀ ਤੋਂ ਜਲਦੀ ਕੋਸ਼ਿਸ਼ ਕਰਾਂਗੇ ਜੀ ਤੁਹਾਡੇ ਤੱਕ ਮੂਵੀ ਲੈ ਕੇ ਆਉਣ ਦੀ ਸੋ ਬੈਸਟ ਵਿਸ਼ਿਜ਼ ਹਰਪਾਲ ਸਿੰਘ ਵੀਰੇ ਵੱਲੋਂ ਥੈਂਕ ਯੂ ਜੀ ਅਮਨ ਸਿੰਘ ਬਾਈ ਕਹਿੰਦਾ ਚੱਕ ਦਿਓ ਫੱਟੇ ਕਿਆ ਬਾਤ ਹੈ ਕਿਆ ਬਾਤ ਥੈਂਕ ਯੂ ਸੋ ਪੂਰੀ ਮਿਹਨਤ ਨਾਲ ਲੱਗੇ ਹੋਇਆ ਜੀ ਸੋ 1 ਮਹੀਨਾ ਤੁਹਾਨੂੰ ਫਿਲਮ ਦੀ ਅਪਡੇਟਸ ਦਿੰਦੇ ਰਹਾਂਗੇ ਸਨੈਪਚੈਟ 'ਤੇ ਤੁਸੀਂ ਜੁੜੇ ਰਹੋ ਅਤੇ ਯੂ ਆਰ ਮਾਈ ਫਸਟ ਕਿਆ ਬਾਤ ਹੈ ਕਿਆ ਬਾਤ ਹੈ ਥੈਂਕ ਯੂ ਅਤੇ ਤੁਹਾਨੂੰ ਅਪਡੇਟਸ ਦਿੰਦੇ ਰਹਾਂਗੇ ਜੀ ਸਨੈਪਚੈਟ ਦੇ ਉੱਤੇ ਇੰਸਟਾਗ੍ਰਾਮ ਦੇ ਉੱਤੇ ਫੇਸਬੁੱਕ ਦੇ ਉੱਤੇ ਅਤੇ ਗੁਰੂ ਦੁਆ ਵੀਰਾ ਕਹਿੰਦਾ ਗੁੱਡ ਲੱਕ ਥੈਂਕ ਯੂ ਥੈਂਕ ਯੂ ਅਤੇ ਆਹ ਲੈ ਚੱਕ ਮੈਂ ਆ ਗਿਆ ਡੈਫੀਨੇਟਲੀ ਰਿਲੀਜ਼ ਹੋ ਕਰਾਂਗੇ ਜੀ ਮੂਵੀ ਦਾ ਪ੍ਰਮੋਸ਼ਨਲ ਟਰੈਕ ਹੈ ਮੇਰੇ ਖਿਆਲ ਨਾਲ ਸੈਪਰੇਟਲੀ ਵੀ ਸ਼ਾਇਦ ਰਿਲੀਜ਼ ਕਰ ਦਈਏ ਫਿਲਮ ਦੇ ਵਿੱਚ ਗਾਣੇ ਗੋਲਡੀ ਵੀਰੇ ਦਾ ਵੀ ਗਾਣਾ ਜੀ ਮੂਵੀ ਦੇ ਵਿੱਚ ਹੈਪੀ ਰਾਏ ਕੁੱਟੀ ਦਾ ਗਾਣਾ ਵੀ ਹੈ ਅਤੇ ਆਪਣਾ ਦਿਲਪ੍ਰੀਤ ਢਿੱਲੋਂ ਦਾ ਵੀ ਗਾਣਾ ਆਪਣੇ ਭਰਾ ਦਾ ਦਿਲਪ੍ਰੀਤ ਢਿੱਲੋਂ ਤੋਂ ਯਾਦ ਆਇਆ ਤੁਸੀਂ ਵੰਗ ਦੇ ਟੀਜ਼ਰ ਨੂੰ ਇੰਨਾ ਸਪੋਰਟ ਕਰ ਰਹੇ ਹੋ 3-4 ਲੱਖ 'ਤੇ ਸਾਡਾ ਟੀਜ਼ਰ ਹੀ ਖੁੱਲਿਆ ਸੀ ਇੱਕ ਦਿਨ 'ਤੇ ਥੈਂਕ ਯੂ ਸੋ ਮੱਚ ਤੁਹਾਡੇ ਸਾਰਿਆਂ ਦਾ ਬਹੁਤ 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 ਧੰਨਵਾਦ ਕਿਉਂਕਿ ਦਿਲਪ੍ਰੀਤ ਨਾਲ ਗਾਣਾ ਕਰਨ ਦਾ ਸਬੱਬ ਬਣ ਰਿਹਾ ਸੀਗਾ ਥਾਰ ਵਾਲਾ ਯਾਰ ਵੇਲੇ ਦਾ ਪਰ ਟਾਈਮ ਨਹੀਂ ਸੀ ਲੱਗ ਰਿਹਾ ਕਦੇ ਮੇਰੇ ਕੋਲ ਡੇਟ ਨਹੀਂ ਸੀ ਹੁੰਦੀ ਕਦੇ ਉਹਦਾ ਕੋਈ ਹੋਰ ਕਮਿਟਮੈਂਟਸ ਹੁੰਦੀਆਂ ਸੀਗੀਆਂ ਜਿਹਦੇ ਕਰਕੇ ਗਾਣਾ ਨਹੀਂ ਹੋ ਸਕਿਆ ਅਤੇ ਜਦੋਂ ਮੈਂ ਦਿਲਪ੍ਰੀਤ ਦਾ ਗਾਣਾ ਕੀਤਾ ਮੈਨੂੰ ਸੀ ਯਾਰ ਮੈਂ ਗਾਣਾ ਵਧੀਆ ਕਰਨਾ ਅਤੇ ਕਿਉਂਕਿ ਜਦੋਂ ਕਿਸੇ ਤੁਸੀਂ ਆਲਰੇਡੀ ਕਿਸੇ ਬੰਦੇ ਦਾ ਕੰਮ ਕਰ ਰਹੇ ਹੁੰਦੇ ਜੋ ਇੰਡਸਟਰੀ 'ਚ ਕੰਮ ਕਰ ਰਿਹਾ ਤੁਹਾਡਾ ਥੋੜ੍ਹਾ ਪ੍ਰੈਸ਼ਰ ਵੀ ਹੁੰਦਾ ਅਤੇ ਤੁਹਾਡੇ ਕੋਲ ਓਪਰਚੁਨਿਟੀ ਵੀ ਹੁੰਦੀ ਜਿਵੇਂ ਸ਼ੈਰੀ ਵੀਰੇ ਦਾ ਗਾਣਾ ਸੀਗਾ 3 ਪੈਗੋ ਬਹੁਤ ਚੈਲੰਜ ਸੀਗਾ ਉਸ ਗਾਣੇ ਦਾ ਸਕਸੈਸ ਹੋਣਾ ਬਹੁਤ ਜ਼ਰੂਰੀ ਹੁੰਦਾ ਅਤੇ ਵੰਗ ਦੇ ਟੀਜ਼ਰ ਨੂੰ ਅਸੀਂ ਪਿਆਰ ਕਰ ਰਹੇ ਹੋ ਇਹ ਮੇਰਾ ਪ੍ਰੋਮਿਸ ਹੈ ਕਿ ਜਿਹੜੀ ਵੀਡੀਓ ਹੋਊਗੀ ਉਹ ਟੀਜ਼ਰ ਤੋਂ ਬੈਟਰ ਹੋਊਗੀ ਮੈਂ ਤੁਹਾਨੂੰ ਵਧੀਆ ਟੀਜ਼ਰ ਦਿਖਾ ਕੇ ਵੀਡੀਓ ਦਾ ਮਿਆਰ ਨਹੀਂ ਡਿੱਗਣ ਦਿੰਦਾ ਕਿਉਂਕਿ ਬੜੀ ਵਾਰੀ ਲੋਕਾਂ ਨੂੰ ਹੁੰਦਾ ਟੀਜ਼ਰ ਬਹੁਤ ਵਧੀਆ ਸੀਗਾ ਪਰ ਵੀਡੀਓ 'ਚ ਉਹ ਗੱਲ ਨਹੀਂ ਬਣੀ ਸੋ ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਅਤੇ ਮੈਂ ਉਮੀਦ ਕਰਦਾ ਜਦੋਂ ਤੁਹਾਡੇ ਕੋਲ ਗਾਣਾ ਆਊਗਾ ਵਿੱਕੀ ਸੰਧੂ ਸਾਡਾ ਪੋਸਟਰ ਵਾਲਾ ਲਾਈਵ ਹੋ ਗਿਆ ਮੇਰੀ ਜਾਨ ਲਵ ਯੂ ਵਿੱਕੀ ਬਹੁਤ ਵਧੀਆ ਕੰਮ ਵਿੱਕੀ ਸੰਧੂ ਸਾਡੇ ਭਰਾ ਪੋਸਟਰਾਂ 'ਚ ਕਮਾਲ ਦਾ ਕੰਮ ਅਤੇ ਸਿਰਾ ਬੰਦਾ ਸਿਰਫ ਰਾਤ ਨੂੰ ਕੰਮ ਕਰਦਾ ਦਿਨੇ ਫੋਨ ਨਹੀਂ ਚੱਕਦਾ ਪਰ ਪੂਰੀ ਰਾਤ ਲਾ ਕੇ ਸਵੇਰੇ 4 ਵਜੇ ਪੋਸਟਰ ਤੁਹਾਡੇ ਵਟਸਐਪ 'ਤੇ ਪਿਆ ਹੁੰਦਾ ਅਤੇ ਬਹੁਤ ਵਧੀਆ ਕੰਮ ਵਿੱਕੀ ਮੇਰੇ ਭਰਾ ਦਾ ਅਤੇ ਮੋਂਟੀ ਦਾ ਬਹੁਤ ਬਹੁਤ ਧੰਨਵਾਦ ਸਾਡੇ ਐਡੀਟਰ ਦਾ ਮੇਰਾ DOP ਮੇਰਾ ਭਰਾ ਮੇਰਾ ਅਸਿਸਟੈਂਟ ਮੇਰਾ ਮੈਨੇਜਰ ਡਿੰਪਲ ਦਾ ਜਿਹਨੇ ਬਹੁਤ ਕਮਾਲ ਦਾ ਕੰਮ ਕੀਤਾ ਦਿਲਪ੍ਰੀਤ ਢਿੱਲੋਂ ਦੇ ਗਾਣੇ ਦਾ DOP ਸਾਡਾ ਭੁੱਲਰ ਆਪ ਹੈ ਜੀ ਅਤੇ ਤੁਹਾਨੂੰ ਪਤਾ ਲੱਗੂਗਾ ਭੁੱਲਰ ਸਾਹਿਬ ਨੇ ਕੰਮ ਪੂਰਾ ਐਂਡ ਲਾਇਆ ਅਤੇ
ਜਿਵੇਂ ਵੀਡੀਓ ਬਾਰੇ ਦੱਸ ਰਹੇ ਸੀ ਪੂਰੀ ਪੂਰੀ ਕੋਸ਼ਿਸ਼ ਕਰੂੰਗਾ ਤੁਹਾਡੀ ਉਮੀਦਾਂ 'ਤੇ ਖਰਾ ਉਤਰਾਂ ਅਤੇ ਤੁਹਾਨੂੰ ਗਾਣਾ ਪੂਰਾ ਪਸੰਦ ਆਊਗਾ ਤੁਸੀਂ ਗਾਣੇ ਨੂੰ ਪੂਰਾ ਪਿਆਰ ਕਰੋਗੇ ਇੰਜੋਏ ਕਰੋਗੇ ਮੇਰੀ ਮੇਰੀ ਗੰਨ ਦੇ ਪਟਾਕੇ ਫਿੱਕੇ ਪੈ ਗਏ ਖੜਾਕ ਹੋਇਆ ਤੇਰੀ ਵੰਗ ਦਾ ਸੋ 'ਚ ਕੋਈ ਅਸਲ 'ਚ ਗੰਨ ਨਹੀਂ ਹੈਗੀ ਅਤੇ ਕੋਈ ਵੰਗ ਨਹੀਂ ਹੈਗੀ ਇਹ ਸਿੰਬੋਲਿਕ ਗੱਲਾਂ ਨੇ ਕਿ ਪੂਰਾ ਬੰਦਾ ਜਿਹੜਾ ਚੋਬਰ ਮੰਨਦਾ ਆਪਦੇ ਆਪ ਨੂੰ ਉਹ ਵੀ ਇਸ਼ਕ 'ਚ ਹੋ ਗਿਆ ਉਹ ਕਿਆ ਬਾਤ ਹੈ ਲਾਈਟ ਦੇਖੀ ਇਕਦਮ ਝਟਕਾ ਵੱਜਿਆ ਉਹੀ ਉਹ ਮੇਰਾ ਮੂੰਹ ਨਿਕਲਿਆ ਸੀ ਅਤੇ ਥੈਂਕ ਯੂ ਸੋ ਮੱਚ ਅੱਜ ਲਾਈਵ ਬੰਦ ਕਰਨ ਦਾ ਜੀ ਕਰਦਾ ਉਹ ਬਰਾਡ ਕਨੇਡੇ ਵਾਲਾ ਅਰਸ਼ ਹੋ ਗਿਆ ਜੀ ਲਾਈਵ ਕਿੱਦਾਂ ਅਰਸ਼ ਅਰਸ਼ ਨੂੰ ਬਹੁਤ ਸਾਰਾ ਪਿਆਰ ਅਰਸ਼ ਨੂੰ ਵਧਾਈਆਂ ਅਰਸ਼ ਦੇ ਬੇਟੀ ਹੋਈ ਆ ਸਾਡੇ ਘਰੇ ਬੇਟੀ ਆਈ ਆ ਜੀ ਅੰਬਰ ਅਤੇ ਭਾਬੀ ਨੂੰ ਵੀ ਬਹੁਤ ਬਹੁਤ ਵਧਾਈਆਂ ਅਤੇ ਆਪਣੇ ਬਰਾੜ ਸਾਹਿਬ ਨੂੰ ਵੀ ਅਤੇ ਬਰਾੜ ਹੋ ਗਈ ਫਿਲਮ ਸ਼ੁਰੂ ਬਰਾੜ ਨੂੰ ਬਹੁਤ ਟੈਨਸ਼ਨ ਸੀ ਓਏ ਐਕਸੀਡੈਂਟ ਹੋਇਆ ਜਦੋਂ ਫੋਨ ਆਇਆ ਉਹ ਤੇਰੀ ਫਿਲਮ ਦਾ ਹੁਣ ਕੀ ਬਣੂਗਾ ਮੈਂ ਪਤਾ ਨਹੀਂ ਬਰਾੜਾ ਹਲੇ ਤਾਂ ਸੱਟਾਂ ਬਹੁਤ ਵੱਜੀਆਂ ਨੇ ਅਤੇ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਅੱਜ ਮੇਰੇ ਨਾਲ ਇੱਥੇ ਡੈਡ ਆਏ ਹੋਏ ਨੇ ਜੀ ਨਾਲ ਲਾਡੀ ਆਇਆ ਹੋਇਆ ਸਾਡਾ ਚੋਬਰ ਅਤੇ ਸਲਮਾਨ ਅਤੇ ਉਹ ਪਿੱਛੇ ਖੜਾ ਪਾਵਲਾ ਪਾਵਲਾ ਕਿੱਥੇ ਆ ਉਹ ਰਿਹਾ ਪਾਵਲਾ ਭੁੱਲਰ ਅੱਜ ਪੂਰਾ ਇੰਜੋਏ ਕਰ ਰਿਹਾ ਸੈੱਟ 'ਤੇ ਘੁੰਮ ਰਿਹਾ ਫਿਰ ਰਿਹਾ ਜਿਵੇਂ ਨਾਨਕੇ ਆਇਆ ਹੁੰਦਾ ਕਿਉਂਕਿ ਭੁੱਲਰ ਨੂੰ ਕੰਮ ਨਹੀਂ ਕਰਨਾ ਪੈ ਰਿਹਾ ਕਰਨ ਕਹਿੰਦਾ ਨਾਮ ਲੈ ਦਿਓ ਅਸੀਂ ਪਾਗਲ ਹਾਂ ਯਾਰ ਬਾਈ ਕਿਹਾ ਵਾ ਉਹ ਪਾਗਲ ਨਹੀਂ ਆਦੇ ਭਰਾ ਹੋਇਆ ਸੀ ਲਵ ਯੂ ਲਵ ਯੂ ਲਵ ਯੂ ਲਵ ਯੂ ਅਤੇ ਅਮਨ ਵੀਰੇ ਦਾ ਅਤੇ ਨੀਤੂ ਸ਼ਰਮਾ ਜੀ ਦਾ ਨਾਮ ਲੈ ਦਿਓ ਬਿਕੋਜ਼ ਮੇਰਾ ਹਰ ਇੱਕ ਐਲਬਮ ਦੇਖਦੀ ਹਾਂ ਤੁਹਾਡੀ ਕਿਆ ਬਾਤ ਹੈ ਥੈਂਕ ਯੂ ਵਿੱਕੀ ਕਹਿੰਦਾ ਲਵ ਯੂ ਵੀਰੇ ਤੁਹਾਡੀ ਸਪੋਰਟ ਹੈ ਅਤੇ ਪਿਆਰ ਕਰਕੇ ਹੀ ਹੈ ਹਾਏ ਰੱਬਾ ਨਾ ਵਿੱਕੀ ਘੈਂਟ ਬੰਦਾ ਅਤੇ ਇੱਕ ਵਾਰੀ ਫਿਰ ਤੋਂ ਜੀ ਭੁੱਲਰ ਨੂੰ ਮੋਂਟੀ ਨੂੰ ਤੁਹਾਨੂੰ ਸਾਰਿਆਂ ਨੂੰ ਹੈਟਸ ਔਫ ਬਹੁਤ ਸਾਰਾ ਪਿਆਰ ਬਹੁਤ ਸਾਰਾ ਸਤਿਕਾਰ ਉਹ ਲੈ ਤਾਂ ਕਰਨ ਵੀਰੇ ਤੇਰਾ ਨਾਂ ਰਣਜੀਤ ਬਾਈ ਕਹਿੰਦਾ ਆਹ ਚੱਕ ਏ ਕੇ ਅਰੋੜੇ ਬਾਈ ਨੇ ਰੋਕੀ ਮੈਂਟਲ ਵਾਲੀ ਫੋਟੋ ਲਈ ਹੋਈ ਹੈ ਉੱਤੇ ਡੀ ਪੀ 'ਤੇ ਅਤੇ ਕਰਨ ਕਹਿੰਦਾ ਸਤਿ ਸ਼੍ਰੀ ਅਕਾਲ ਅੰਕਲ ਅਤੇ ਥੈਂਕ ਯੂ ਸੋ ਮੱਚ ਜੀ ਐਵੇਂ ਪਿਆਰ ਦਿੰਦੇ ਰਹੋ ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਬਹੁਤ ਛੇਤੀ ਫਿਲਮ ਲੈ ਕੇ ਆ ਰਿਹਾ ਜੀ ਰੋਕੀ ਮੈਂਟਲ ਸਤਿ ਸ਼੍ਰੀ ਅਕਾਲ ਜੀ ਲਵ ਯੂ